ਅਸਲਾਮ ਵਾਲੇਕਮ ਜੀ ਮੈਂ ਹਾਂ ਤੁਹਾਡਾ ਆਪਣਾ ਦੋਸਤ ਮੈਂ ਤੁਹਾਨੂੰ ਦੱਸਣ ਤੁਸਾਂ ਵਿਖਦੇ ਪਿਆ ਮੇਰਾ YouTube ਚੈਨਲ ਟੈਗਰੈਫਸ ਨੇ ਹੋਰ ਦੋਸਤੋ ਕੀ ਹਾਲ ਚਾਲ ਹੈ ਮੈਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋ ਸੋ ਅੱਜ ਤੁਹਾਨੂੰ ਇੱਕ ਵਾਕਾ ਸੁਣਾਉਂਦਾ ਪਿਆ ਇੱਕ ਖੋਤੇ ਦਾ ਤੇ ਇੱਕ ਚੀਤੇ ਦਾ ਇੱਕ ਦਿਨ ਇਹਨਾਂ ਜੋਇਆ ਬਈ ਖੋਤੇ ਤੇ ਚੀਤੇ ਦੇ ਦਰਮਿਆਨ ਬਹਿਸ ਹੋ ਗਈ ਖੋਤੇ ਆਖਿਆ ਮੈਂ ਦੇਖਾ ਬਈ ਦਾ ਚੀਤੇ ਆਖਿਆ ਮੈਂ ਤੇਜ਼ ਬਈ ਦਾ ਇਹ ਹੋਣੀ ਨੰਦੇ ਆਪਾਂ ਤੇ ਜੇ ਬਹਿਸ ਪੂਰਾ ਇੱਕ ਘੰਟਾ ਚੱਲ ਰਹੀ ਰਹੀ ਅਖੀਰੇ ਚੀਤੇ ਆਖਿਆ ਅਸੀਂ ਭੱਗ ਜਾਂਦੇ ਹਾਂ ਦੋਏ ਦੇ ਵਿੱਚ ਜੰਗਲ ਦੇ ਵਿੱਚ ਜਿਹੜਾ ਜੰਗਲ ਦਾ ਬਾਦਸ਼ਾਹ ਹੈ ਸ਼ੇਰ ਉਸ ਤੋਂ ਗੁਸ਼ਤਿਆਂ ਬੇ ਸਾਡੇ ਦੋਵਾਂ ਦੇ ਵਿੱਚੋਂ ਕਿਹੜਾ ਤਰੀਕਾ ਵਜਦਾ ਹੈ ਇਹ ਹੁਣ ਉੱਥੇ ਵਗ ਗਏ ਦੋਵੇਂ ਖੋਤਾ ਵੀ ਤੇ ਚੀਤਾ ਵੀ ਉੱਥੇ ਵਗ ਗਏ ਜੰਗਲ ਦੇ ਵਿੱਚ ਸ਼ੇਰ ਬੈਠ ਹੋਇਆ ਇੱਕ ਦਰਖਤ ਦੇ ਹੇਠ ਸਾਏ ਤੇ ਇਹ ਹੁਣ ਚੀਤੇ ਜਾ ਕੇ ਆਖਿਆ ਹੈ ਭਾਈ ਤੁਸੀਂ ਇਹ ਫੈਸਲਾ ਕਰੋ ਬਾਦਸ਼ਾਹ ਸਲਾਮਤ ਸਾਡੇ ਦੋਵਾਂ ਦੇ ਦਰਮਿਆਨ ਜਿਹੜਾ ਹੈ ਕਿਹੜਾ ਤਰੀਕਾ ਵਜਦਾ ਦੋਵਾਂ ਦੇ ਵਿੱਚੋਂ ਉਸ ਆਖਿਆ ਗੱਲ ਇਹਦੇ ਵਜਿਹੜਾ ਤਰੀਕਾ ਬਈਦਾ ਹੈ ਜਾਂ ਮੱਠਾ ਬਈਦਾ ਉਹਦਾ ਫੈਸਲਾ ਉਸੇ ਬਾਅਦ ਵਿੱਚ ਪਹਿਲੇ ਤੂੰ ਆਇਦਿਆ ਜੇ ਤੈਨੂੰ ਆਏਂਗੇ ਤਾਂ ਨੂੰ 100 ਕੋੜੇ ਮਾਰੇ 100 ਕੋੜੇ ਮਾਰਨ ਤੋਂ ਬਾਅਦ ਨਾ ਅੱਛੀ ਤਾਕਦਾ ਹੈ ਪਰ ਬਾਦਸ਼ਾਹ ਸਲਾਮਤ ਹੋਣ ਤਾਂ ਪਤਾ ਕਿ ਮੈਂ ਤਰੀਕਾ ਬਈਦਾ ਤੂੰ ਸੌ ਕੋੜਾ ਫੇਰ ਵੀ ਮੈਨ ਮਾਰਿਆ ਉਸ ਆਖਿਆ ਤਰੀਕਾ ਜਾਂ ਮੱਠਾ ਬਜਨ ਵੈਨ ਪਤਾ ਹੈ ਤੂੰ ਤਰੀਕਾ ਬਈਦਾ ਮਸੂਕੋੜਾ ਤੈਨੂੰ ਇਹ ਸਾਸਕਣ ਮਾਰਿਆ ਤੂੰ ਮੱਥਾ ਕਿੱਦਾਂ ਲਾ ਬੈਠਾ ਹੈ ਤੂੰ ਖੋਤੇ ਨਾਲ ਮੱਥਾ ਲਾ ਬੈਠਾ ਹੈ ਤੇ ਗੱਲ ਇਸ ਗੱਲ ਦਾ ਸਿਆਸੀ ਪੋਸਟ ਨਾਲ ਕੋਈ ਤਾਂ ਲੱਗ ਨਹੀਂ